ਕਰਨ ਹਲਕੇ 'ਚ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ ਉੱਥੇ ਹੀ ਹਲਕੇ ਦੇ ਪਿੰਡ ਬੂੜਚੰਦ ਵਿੱਚ ਕਾਂਗਰਸ ਦੀ ਬੋਖਲਾਹਟ ਸਾਹਮਣੇ ਆਈ ਹੈ ਜਿਸ ਵਿੱਚ ਕਾਂਗਰਸੀ ਆਗੂ ਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਤੇ ਹਮਲਾ ਕਰਕੇ ਪਿੰਡ ਵਿੱਚ ਮਾਹੌਲ ਗਰਮ ਕਰ ਦਿੱਤਾ ਹੈ। ਮਾਮਲਾ ਥਾਣਾ ਕੱਚਾ ਪੱਕਾ ਦਾ ਹੈ। ਥਾਣਾ ਕੱਚਾ ਪੱਕਾ ਦੇ ਪਿੰਡ ਬੂੜਚੰਦ ਦੇ ਕਾਂਗਰਸੀ ਆਗੂ ਮਖਤੂਲ ਸਿੰਘ ਜੋ ਕਿ ਆਪਣੇ ਆਪ ਨੂੰ ਪਿੰਡ ਦਾ ਸਰਪੰਚ ਦੱਸਦਾ ਹੈ ਤੇ ਘਰ ਦੇ ਬਾਹਰ ਲੱਗੇ ਬੈਨਰ ਵਿੱਚ ਵੀ ਉਸਨੇ ਆਪਣੇ ਆਪ ਨੂੰ ਸਰਪੰਚ ਲਿਖਵਾਇਆ ਹੋਇਆ ਹੈ। ਅੱਜ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਸਮੇਂ ਅਕਾਲੀ ਦਲ ਦੇ ਸਾਬਕਾ ਸਰਪੰਚ ਹਰਜੀਤ ਸਿੰਘ ਦੇ ਵਰਡ ਵਡੇਰਿਆਂ ਨੂੰ ਚੋਣ ਪ੍ਰਚਾਰ ਕਰਨ ਵੇਲੇ ਸਪੀਕਰ ਰਾਹੀਂ ਬੁਰਾ ਭਲਾ ਕਿਹਾ ਅਤੇ ਗਾਲੀ ਗਲੋਚ ਵੀ ਕੀਤੀ ਜਿਸ ਦੀ ਵੀਡੀਓ ਹਰਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਜਦ ਬਣਾਉਣੀ ਸ਼ੁਰੂ ਕੀਤੀ ਤਾਂ ਰੋਹ ਵਿੱਚ ਆਏ ਮਖਤੂਲ ਸਿੰਘ ਦੇ ਅਤੇ ਉਸਦੇ ਸਾਥੀਆਂ ਨੇ ਹਰਜੀਤ ਸਿੰਘ ਦੇ ਪਰਿਵਾਰ ਨੂੰ ਲੜਾਈ ਲਈ ਵੰਗਾਰਨਾ ਸ਼ੁਰੂ ਕਰ ਦਿੱਤਾ ਅਤੇ ਹਰਜੀਤ ਸਿੰਘ ਦੇ ਪਰਿਵਾਰ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਤੇ ਮਖਤੂਲ ਸਿੰਘ ਨੇ ਉਸਦੇ ਸਾਥੀਆਂ ਨੇ ਉਹਨਾਂ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਇੱਟਾਂ ਰੋੜੇ ਵਿੱਚ ਲਾਏ ਜਿਸ ਤੇ ਹਰਜੀਤ ਸਿੰਘ ਦੇ ਪਰਿਵਾਰ ਨੇ ਲੁਕ ਛਿਪ ਕੇ ਜਾਨ ਬਚਾਈ ਅਤੇ ਪੁਲਿਸ ਥਾਣਾ ਕੱਚਾ ਪੱਕਾ ਨੂੰ ਘਟਨਾ ਬਾਰੇ ਸੂਚਿਤ ਕੀਤਾ ਜਿਸ ਤੇ ਪੁਲਿਸ ਨੇ ਆ ਕੇ ਮੌਕਾ ਵੇਖਿਆ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਪਰਿਵਾਰ ਵੱਲੋਂ ਮੋਬਾਈਲ ਦੇ ਬਣਾਈ ਵੀਡੀਓ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਹੁਣ ਦੇਖੋ ਘਟਨਾ ਦੀ ਵੀਡੀਓ। ਇਸ ਸੰਬੰਧੀ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਹੋਈ ਧੱਕੇਸ਼ਾਹੀ ਸੰਬੰਧੀ ਉਸਨੇ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਤੇ ਰਾਜ ਦੇ ਚੋਣ ਕਮਿਸ਼ਨ ਨੂੰ ਸਾਰੇ ਸਬੂਤਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਘਰ ਤੇ ਇੱਕ ਦੋ ਵਾਰ ਹਮਲਾ ਕੀਤਾ ਹੈ ਅਤੇ ਉਹਨਾਂ ਨੂੰ ਅੱਗੇ ਉਹਨਾਂ ਤੋਂ ਖਤਰਾ ਹੈ। ਇਸ ਬਾਰੇ ਜਦ ਕਾਂਗਰਸੀ ਆਗੂ ਮਖਤੂਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਅਤੇ ਹਰਜੀਤ ਸਿੰਘ ਬੱਬੀ ਅਤੇ ਉਸਦੇ ਸਾਥੀਆਂ ਨੇ ਉਸਦਾ ਰਾਹ ਰੋਕ ਕੇ ਉਸਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਿਸ ਦੀ ਇਤਲਾਹ ਉਹਨਾਂ ਨੇ DSP ਵਿਖੇ ਬਿੰਡ ਨੂੰ ਵੀ ਦੇ ਦਿੱਤੀ ਹੈ। ਮਖਤੂਲ ਸਿੰਘ ਪਿੰਡ ਬੂੜਚੰਦ ਦਾ ਰਹਿਣ ਵਾਲਾ ਹਾਂ। ਮੈਂ ਸਵੇਰੇ ਤਕਰੀਬਨ 9:30 ਦੇ ਕਰੀਬ ਆਪਣੀ ਗੱਡੀ 'ਤੇ ਆ ਰਿਹਾ ਸੀਗਾ, ਲੇਕਿਨ ਕੁਝ ਲੋਕਾਂ ਨੇ ਹਰਜੀਤ ਸਿੰਘ ਬੱਬੀ, ਸੁਖਦੇਵ ਸਿੰਘ ਨੰਬਰਦਾਰ, ਅਵਤਾਰ ਸਿੰਘ ਰਿੰਪਾ, ਲਵੀ ਵਰਿਆਮ ਸਿੰਘ ਫੌਜੀ ਵਗੈਰਾ ਵਗੈਰਾ ਨੇ ਮੇਰੀ ਗੱਡੀ ਨੂੰ ਘੇਰਾ ਪਾ ਲਿਆ ਔਰ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸੇ ਟਾਈਮ ਹੀ DSP ਭਿੱਖੀਵਿੰਡ ਨੂੰ, SHO ਕੱਚਾ ਪੱਕਾ ਨੂੰ ਉਸੇ ਵੇਲੇ ਕੰਪਲੇਂਟ ਲਿਖ ਕੇ ਦਿੱਤੀ
लेकिन अजे तक मेरी कंप्लेंट ते कोई कार्रवाई नहीं हुई, ना ही मैनू कोई इंसाफ दवाया गया वा। सगों उल्टा इन्हां लोगों ने बब्बी होना ने रल के ते मैनू किसे ना किसे तरीके ना दोषी ठहराउण दी गल कर रहे आ। सो मैनू मैं अर्धा काम करदा, मैं नेरे सवेरे आउणा हुंदा, मेरा कदी भी कोई नुकसान कर सकदे आ। इस तो पहला भी मेरे नाल बहुत ज़्यादा ना धक्केशाहियां कीतियां, जिन्हां कोल मेरे को सबूत हैगे ने। इसलिए मेरी बेनती है SSP साहब नूं, DSP भिखीवेंद नूं, SHO कच्चा पक्का नूं, इन्हां दे विरुद्ध कानूनी कार्रवाई करके ते मैनू इंसाफ दवाया जावे। इस करके मैनू रात नेरे सवेरे आउणा हुंदा वा। ਇਹ ਕਦੀ ਵੀ ਮੇਰਾ ਬਹੁਤ ਵਾਰੀ ਅੱਗੇ ਵੀ ਇਹਨਾਂ ਨੇ ਹਨੇਰੇ ਸਵੇਰੇ ਮੇਰੇ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਮੇਰਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਵੇ। ਹਰਜੀਤ ਸਿੰਘ ਬੱਬੀ, ਸੁਖਦੇਵ ਸਿੰਘ ਨੰਬਰਦਾਰਾ ਜ਼ਿੰਮੇਵਾਰ ਹੋਣ। ਇਸ ਮਾਮਲੇ ਦੇ ਥਾਣਾ ਕੱਚਾ ਪੱਕਾ ਦੇ SHO ਚਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਰਜੀਤ ਸਿੰਘ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਉਹਨਾਂ ਦੇ ਘਰ ਤੇ ਮਕਤੂਲ ਸਿੰਘ ਨਾਂ ਦੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਆਪਣੇ ਮੁਲਾਜ਼ਮ ਮੌਕੇ ਤੇ ਭੇਜੇ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।